ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ, ਮੈਂ ਹਾਂ ਸਾਹਿਲ। ਬਾਲੀਵੁੱਡ ਇੰਡਸਟਰੀ ਦਾ ਅਜਿਹਾ ਐਕਟਰ ਜਿਸ ਦੇ ਸਟੰਟਸ ਤੇ ਜਿਸ ਦੀ ਐਕਟਿੰਗ ਦੇ ਲੋਕ ਖੂਬ ਦੀਵਾਨੇ ਨੇ, ਜੀ ਹਾਂ, ਮੈਂ ਗੱਲ ਕਰ ਰਿਹਾ ਅਕਸ਼ੇ ਕੁਮਾਰ ਦੀ। ਹਾਲ ਹੀ ਦੇ ਵਿੱਚ ਅਕਸ਼ੇ ਕੁਮਾਰ ਚਰਚਾ ਦੇ ਵਿੱਚ ਬਣੇ ਹੋਏ ਸਨ ਆਪਣੀ ਆਉਣ ਵਾਲੀ ਫਿਲਮ ਕੇਸਰੀ ਦੇ ਕਰਕੇ, ਪਰ ਹੁਣ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਆਪਣੀ ਆਗਾਮੀ ਫਿਲਮ ਦਾ ਵੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ ਹਾਂ, ਅਕਸ਼ੇ ਕੁਮਾਰ ਦੀ ਆਗਾਮੀ ਫਿਲਮ ਦਾ ਨਾਮ ਹੈ ਸੂਰਯਵੰਸ਼ੀ। ਅਕਸ਼ੇ ਕੁਮਾਰ ਨੇ ਆਪਣੇ ਇਸ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤਾ ਹੈ, ਜਿਸ ਨੂੰ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਲਿਖਦੇ ਹੈ, ਅ ਬੁਲੇਟ ਫਾਰ ਅ ਬੁਲੇਟ, ਗੈਟ ਰੈਡੀ ਫਾਰ #, ਰੋਹਿਤ ਸ਼ੈਟੀਜ਼ #, ਸੂਰਯਵੰਸ਼ੀ ਔਨ ਈਦ 2020, ਐਕਸ਼ਨ ਪੈਕਡ, ਮਸਾਲਾ ਇੰਟੈਕਟ। ਦੱਸ ਦਈਏ ਤੁਹਾਨੂੰ ਕਿ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਫੇਮਸ ਬਾਲੀਵੁੱਡ ਐਕਸ਼ਨ ਡਾਇਰੈਕਟਰ ਰੋਹਿਤ ਸ਼ੈਟੀ, ਤੇ ਇਸ ਫਿਲਮ ਨੂੰ ਰਿਲੀਜ਼ ਕਰ ਦਿੱਤਾ ਜਾਏਗਾ 2020 ਈਦ ਦੇ ਦਿਨ ਦੇ ਉੱਤੇ। ਅਕਸ਼ੇ ਕੁਮਾਰ ਦੀ ਮੂਵੀਜ਼ ਦੀ ਵੇਟ ਤਾਂ ਉਹਨਾਂ ਦੇ ਫੈਨਸ ਨੂੰ ਕਾਫੀ ਜ਼ਿਆਦਾ ਰਹਿੰਦੀ ਹੈ, ਬਟ ਤੁਹਾਨੂੰ ਕੀ ਲੱਗਦਾ ਕਿ ਇਸ ਮੂਵੀ ਦੀ ਲੋਕ ਕਿਸ ਤਰੀਕੇ ਨਾਲ ਉਡੀਕ ਕਰਨਗੇ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ, ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।